लेटेस्ट अपडेट्स के लिए सब्सक्राइब करें नेशनल बस और साथ ही दबाएं बेल आइकन। चंडीगढ़ के प्रेस क्लब विच पंजाबी इंडस्ट्री विच आउन वाली बायोपिक कौर सिंह दी अनाउंसमेंट लई प्रेस कॉन्फ्रेंस रखी गई। इस प्रेस कॉन्फ्रेंस विच फिल्म दी स्टार कास्ट करम भाट, प्रभ गरेवाल, राज कक्कर दे नाल नाल फिल्म दे डायरेक्टर विक्रम प्रधान मौजूद रहे। इसी दे नाल लेजेंडरी फॉर्मर बॉक्सिंग चैंपियन कौर सिंह, जिन्हां ते फिल्म बनाई जा रही है, वो भी मौजूद सन। मैं बॉक्सिंग जो कक्कर दी लड़ाई तो 2 साल बाद बॉक्सिंग स्टार्ट करी सी। मैनू बी एस जौल बलजीत हुंदा जी अंबरसर दा, उन्हें मैनू किसी कैपीटिशन भेजता तो मैं उतों, वैसे तो मैं हार गया उतों, मैनू मतलब ऐसा टेस्ट होया बॉक्सिंग का। हौली 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 मैं 2-3 साल मैं नैशनल तक पहुँच गया, 7 खेडिया मैं नैशनल एशियन बॉक्सिंग चैंपियनशिप का। मैं बॉम्बे गोल्ड मैडल होया था पहला 80 च, उदू बाद कोम अपने कॉमनवेल्थ गेम टू लाया, एशियन गेम दिल्ली ओदा भी मैं गोल्ड मैडल हाँ, फिर किंग्स कप किंग कप का मैं 18 बंदे गए थे इंडिया के, 18 तो मैं कला गोल्ड थी, 17 कोई ना सिल्वर ना ब्रॉन्ज ना कोई भी मैडल थी। उस टाइम मैं 9 फाइटा लड़के 10वीं फाइट मैं मैडल जो कोरिया ने दिती, एक साल बाद एशियन बॉक्सिंग चैंपियनशिप फिर आ गई, वो कोरिया ने ले ली। कोरिया का सब तो मनिया हुआ बॉक्सर थी कोरिए का, कोरिया ने मैं कोरिया से जाके हराया। ਫਿਲਮ ਬਾਰੇ ਹੋਰ ਦੱਸਦੇ ਹੋਏ ਫਿਲਮ ਦੇ ਸਟਾਰ ਕਾਸਟ ਦੇ ਡਾਇਰੈਕਟਰ ਨੇ ਸਾਡੇ ਨਾਲ ਗੱਲ ਕੀਤੀ। ਨਮਸਕਾਰ, ਸਤਿ ਸ਼੍ਰੀ ਅਕਾਲ, ਮੈਂ ਹਾਂ ਤਨੀਸ਼ਾ ਅਤੇ ਤੁਸੀਂ ਦੇਖ ਰਹੇ ਹੋ ਆਪਣਾ ਫੇਵਰੇਟ ਚੈਨਲ ਨੈਸ਼ਨਲ ਬਸ, ਅਤੇ ਅੱਜ ਮੇਰੇ ਨਾਲ ਇੰਨੀ ਸੋਹਣੀ ਕੁੜੀ, ਗਾਣੇ ਡਿਫਾਲਟਰ ਵਰਗੇ ਗਾਣਿਆਂ 'ਚ ਧਮਾਕੇ ਪਾਉਣ ਵਾਲੀ ਕੁੜੀ ਮੌਜੂਦ ਨੇ, ਪ੍ਰਭ ਗਰੇਵਾਲ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ 'ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਤੁਹਾਡੀ ਇੱਕ ਨਵੀਂ ਮੂਵੀ ਅਨਾਊਂਸ ਹੋ ਗਈ ਹੈ, ਤਾਂ ਤੁਹਾਨੂੰ ਕਿਵੇਂ ਲੱਗ ਰਿਹਾ, ਐਕਸਾਈਟਮੈਂਟ ਹੈਗੀ ਆ? ਬਹੁਤ ਜ਼ਿਆਦਾ, ਅਤੇ ਜਦੋਂ ਮੈਂ ਸਾਈਨ ਕੀਤੀ ਸੀ ਮੈਨੂੰ ਤਾਂ ਉਦੋਂ ਤੋਂ ਐਕਸਾਈਟਮੈਂਟ ਹੈ। ਜਿਹੜੀ ਕੌਰ ਸਿੰਘ ਤੁਸੀਂ ਮੂਵੀ ਕਰਨ ਜਾ ਰਹੇ ਹੋ, ਇੱਕ ਬਾਇਓਪਿਕ ਹੈ, ਅਤੇ ਬਾਕੀ ਸਾਰੇ ਕਿਰਦਾਰ ਕਰਨੇ ਬਹੁਤ ਅੱਡ ਹੁੰਦੇ ਆ, ਅਤੇ ਕਿਸੇ ਬਾਇਓਪਿਕ ਨੂੰ ਕਿਸੇ ਬੰਦੇ ਨੂੰ ਦਿਖਾਉਣਾ ਬਹੁਤ ਔਖਾ ਹੁੰਦਾ, ਤੁਹਾਨੂੰ ਕਿਵੇਂ ਲੱਗ ਰਿਹਾ? ਨਹੀਂ ਬਿਲਕੁਲ, ਬਾਇਓਪਿਕ ਕਰਨਾ ਇੱਕ ਤਾਂ ਇੱਕ ਚੈਲੇਂਜ ਹੁੰਦਾ ਹੈ ਕਿ ਹਾਂ ਤੁਸੀਂ ਪ੍ਰੋਪਰ ਮੀਨਸ ਉਹਨਾਂ ਨੂੰ ਕਾਪੀ ਪੇਸਟ ਮੀਨਸ ਪ੍ਰੋਪਰ ਪੇਸਟ ਕਰਨਾ ਕਿ ਹਾਂ ਉਦੋਂ ਅਗਰ ਬੈਠਦੇ ਇੱਦਾਂ ਸੀ, ਉਹ ਬੋਲਦੇ ਇੱਦਾਂ ਸੀ, ਤੁਸੀਂ ਆਪਣੇ ਆਪ ਨੂੰ ਸੇਮ ਮੀਨਸ, ਮੈਂ ਹੁਣ ਇਹ ਨਹੀਂ ਸੋਚ ਸਕਦੀ ਕਿ ਮੈਂ ਪ੍ਰਭ ਗਰੇਵਾਲ, ਮੈਂ ਇਹੀ ਸੋਚੂੰਗੀ ਕਿ ਮੈਂ ਬਲਜੀਤ ਕੌਰ ਹਾਂ। ਮੀਨਸ ਉੱਦਾਂ ਦਾ ਹੀ ਅਗਰ ਮੈਂ ਸੋਚਣਾ ਅੱਜ ਤੋਂ ਸਟਾਰਟ ਕਰੂੰਗੀ ਤਾਂ ਮੇਰੇ ਲਈ ਕੋਈ ਇੰਨਾ ਔਖੀ ਗੱਲ ਨਹੀਂ ਹੋਏਗੀ। ਇਸ ਮੂਵੀ ਵਿੱਚ ਜਿਹੜੇ ਸਾਡੇ ਦਰਸ਼ਕ ਹੈ, ਉਹਨਾਂ ਨੂੰ ਕਿਸ ਤਰ੍ਹਾਂ ਦਾ ਕਰੈਕਟਰ ਦੇਖਣ ਨੂੰ ਮਿਲ ਰਿਹਾ ਤੁਹਾਡਾ? ਹਾਂਜੀ, ਇਹਦੇ ਵਿੱਚ ਕੌਰ ਸਿੰਘ ਦੀ ਮੂਵੀ, ਇਹਦੇ ਵਿੱਚ ਕੌਰ ਸਿੰਘ ਜੀ ਦੀ ਮੈਂ ਵਾਈਫ ਦਾ ਕਰੈਕਟਰ ਪਲੇ ਕਰ ਰਹੀ ਹਾਂ ਜੋ ਕਿ ਬਲਜੀਤ ਕੌਰ ਹੈ, ਅਤੇ ਇੱਕ ਬਹੁਤ ਹੀ ਸਪੋਰਟਿਵ ਵਾਈਫ ਹੈ, ਹਮੇਸ਼ਾ ਉਹਨਾਂ ਨੇ ਆਪਣੇ ਹਸਬੈਂਡ ਨੂੰ ਸਪੋਰਟ ਕੀਤੀ ਹੈ ਕਿ ਅਗਰ ਉਹ ਮੀਨਸ ਕਿਤੇ ਵੀ ਉਹਨਾਂ ਨੂੰ ਮੀਨਸ ਅਗਰ ਉਹਨਾਂ ਹਾਰ ਵੀ ਮੰਨੀ ਹੈ ਤਾਂ ਕਿਤੇ ਹਾਰ ਨਹੀਂ ਮੰਨਣ ਦਿੱਤੀ, ਆਲਵੇਜ਼ ਉਹਨਾਂ ਨੂੰ ਪੋਜ਼ਿਟਿਵ ਵਿਊਸ ਲੈ ਕੇ ਗਏ ਨੇ ਉਹ। ਹੁਣ ਜਿਵੇਂ ਆਪਾਂ ਕਿਸੇ ਦਾ ਕਿਰਦਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਨਰਵਸਨੈਸ ਹਮੇਸ਼ਾ ਰਹਿੰਦੀ ਹੈ, ਜਾਂ ਕੋਈ ਚੀਜ਼ ਨਵੀਂ ਕਰਨ ਜਾ ਰਹੇ ਹਾਂ ਅਤੇ ਕਿ ਹਾਏ ਪਤਾ ਨਹੀਂ ਕਿੱਦਾਂ ਹੋਊਗੀ ਕਿੱਦਾਂ ਨਹੀਂ, ਤਾਂ ਤੁਹਾਨੂੰ ਨਰਵਸਨੈਸ ਹੈਗੀ ਹੈ ਕਿ ਨਹੀਂ? ਨਹੀਂ, ਜਿੱਦਾਂ ਜਿੰਨੀ ਮੈਂ ਉਹਨਾਂ ਬਾਰੇ ਸੁਣਿਆ ਵਾ ਬਲਜੀਤ ਕੌਰ ਜੀ ਦੇ ਬਾਰੇ, ਅਤੇ ਉਹ ਇੱਕ ਪਿੰਡ ਦੀ ਕੁੜੀ ਸੀਗੇ, ਉਹਨਾਂ ਦਾ ਮੀਨਸ ਰਹਿਣਾ ਸਹਿਣਾ ਇੱਦਾਂ ਦਾ ਸੀਗਾ, ਅਤੇ ਮੀਨਸ ਬਹੁਤ ਭੋਲੀ ਵੀ ਸੀਗੀ ਉਹਨਾਂ ਵਿੱਚ, ਮੀਨਸ ਹਰ ਤਰ੍ਹਾਂ ਦਾ ਉਹਨਾਂ ਨੇ ਕਰੈਕਟਰ ਮੀਨਸ ਆਪਣੇ ਮੀਨਸ ਹਰ ਤਰ੍ਹਾਂ ਦਾ ਮੀਨਸ ਆਪਣਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਇੱਕ ਬਹੁਤ ਮੀਨਸ ਪਹਿਲਾਂ ਉਹਨਾਂ ਦਾ ਪਿਆਰ ਦਾ ਕਰੈਕਟਰ ਮੀਨਸ ਉਹ ਨਾ ਪਹਿਲਾਂ ਉਹਨਾਂ ਜਿੱਦਾਂ ਮੈਰਿਜ ਹੁੰਦੀ ਆ, ਉਸ ਤੋਂ ਬਾਅਦ ਮੀਨਸ ਇਹਦੇ ਵਿੱਚ 3 ਜਨਰੇਸ਼ਨ ਤੁਹਾਨੂੰ ਦਿਖਣਗੀਆਂ ਉਹਨਾਂ ਦੇ ਸਟੇਜਸ, ਏਜ ਸਟੇਜਸ ਵੀ ਕੀ, ਪਹਿਲਾਂ ਉਹਨਾਂ ਦੀ ਮੈਰਿਜ ਹੁੰਦੀ ਹੈ, ਫਿਰ ਉਸ ਤੋਂ ਬਾਅਦ ਕਿ ਮੀਨਸ 45 ਦੀ ਏਜ ਤੋਂ ਬਾਅਦ, ਉਸ ਤੋਂ ਬਾਅਦ ਉਹਨਾਂ ਦਾ ਕਰੈਕਟਰ ਵੀ ਅਲੱਗ ਅਲੱਗ ਕਰੈਕਟਰ ਦੇਖਣ ਨੂੰ ਮਿਲਣਗੇ। ਫਿਰ ਮੇਰੀ ਵੀ ਇਹੀ ਕੋਸ਼ਿਸ਼ ਰਹੇਗੀ ਕਿ ਮੈਂ ਹਰ ਕਰੈਕਟਰ ਨੂੰ ਮੀਨਸ ਪ੍ਰੋਪਰ ਵੇ ਨਾਲ ਮੀਨਸ ਤੁਹਾਡੇ ਅੱਗੇ ਪੇਸ਼ ਕਰਾਂ। ਹੁਣ ਤੁਸੀਂ ਵੱਖ ਵੱਖ ਕਰੈਕਟਰਸ ਦੀ ਗੱਲ ਕੀਤੀ ਹੈ, ਤਾਂ ਤੁਸੀਂ ਕਿਹੜਾ ਕਰੈਕਟਰ ਨਿਭਾਉਣ ਲਈ ਸਭ ਤੋਂ ਜ਼ਿਆਦਾ ਐਕਸਾਈਟਿਡ ਹੋ, ਰੋਮੈਂਸ ਵਾਲਾ ਕਿ ਸਪੋਰਟਿਵ ਵਾਲਾ, ਕਿ ਸਾਡੇ ਦਰਸ਼ਕਾਂ ਨੂੰ ਮਤਲਬ ਤੁਹਾਨੂੰ ਅੱਛਾ ਲੱਗੇਗਾ ਕਰਦੇ ਹੋਏ? ਨਹੀਂ, ਮੈਨੂੰ ਤਾਂ ਸਾਰੇ ਅੱਛੇ ਲੱਗਣਗੇ, ਕਿਉਂਕਿ ਮੀਨਸ ਅਗਰ ਮੈਂ ਥੋੜ੍ਹੇ ਜਿਹੇ ਵੀ ਇੱਕ ਕਰੈਕਟਰ ਨੂੰ ਕਹਿ ਦਾਂਗਾ ਦੂਜਾ ਕਰੈਕਟਰ ਵੀ ਤਾਂ ਢਿੱਲਾ ਹੋ ਸਕਦਾ ਨਾ। ਨਹੀਂ, ਮੈਂ ਸਾਰੇ ਲਈ ਐਕਸਾਈਟਿਡ। ਅਤੇ ਜਿਵੇਂ ਸੌਂਗਸ ਵਿੱਚ ਕੰਮ ਕਰਨਾ ਇੱਕ ਆਪਣੇ ਲਈ ਅਲੱਗ ਗੱਲ ਹੁੰਦੀ ਹੈ, ਇੱਕ ਮੂਵੀ ਲਈ ਵਿੱਚ ਕੰਮ ਕਰਨਾ ਆਪਣੇ ਲਈ ਅਲੱਗ ਗੱਲ ਹੁੰਦੀ ਹੈ, ਤਾਂ ਤੁਹਾਨੂੰ ਸਭ ਤੋਂ ਬੈਸਟ ਕੀ ਲੱਗਦਾ ਅਤੇ ਤੁਹਾਨੂੰ ਤੁਸੀਂ ਕੀ ਜ਼ਿਆਦਾ ਪ੍ਰੈਫਰ ਕਰਦੇ ਹੋ? ਨਹੀਂ, ਮੈਨੂੰ ਇਹ ਨਹੀਂ ਹੈਗਾ ਕਿ ਮੈਂ ਆਪਣੇ ਵੱਲੋਂ ਮੀਨਸ, ਚਾਹੇ ਮੇਰੇ ਲਈ ਸੌਂਗ ਹੈ ਚਾਹੇ ਮੇਰੇ ਲਈ ਮੂਵੀ ਹੈ, ਮੇਰੀ ਸੌਂਗ ਵੀ ਕਾਫੀ ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਨੂੰ,
ਅਤੇ ਬਾਕੀ ਮੂਵੀਜ਼ ਕਾਕੇ ਦਾ ਵਿਆਹ ਮੇਰੀ ਮੂਵੀ ਆਈ ਸੀਗੀ, ਉਹਨੂੰ ਕਾਫੀ ਪਿਆਰ ਮਿਲਿਆ। ਅਤੇ ਮੇਰੇ ਵੱਲੋਂ ਇਹ ਹੁੰਦਾ ਕਿ ਮੈਂ ਜੋ ਵੀ ਕਰਾਂ ਅਤੇ ਆਪਣੇ ਵੱਲੋਂ ਮੀਨਸ ਦਿਲ ਨਾਲ ਕਰਾਂ, ਆਪਣੇ ਵੱਲੋਂ 100% ਦੇਵਾਂ। ਬਾਕੀ ਆਡੀਅੰਸ 'ਤੇ ਡਿਪੈਂਡ ਹੈ ਕਿ ਉਹਨਾਂ ਦਾ ਕੀ ਰਿਵਿਊਜ਼ ਹੋਣਗੇ। ਅਤੇ ਤੁਸੀਂ ਇੰਨੇ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ ਹੈ, ਸਭ ਤੋਂ ਜ਼ਿਆਦਾ ਮਸਤੀ ਕੌਣ ਕਰਦਾ ਸੀ ਬੈਕ ਸਟੇਜ 'ਤੇ? ਮੈਨੂੰ ਸਾਰੇ ਵਧੀਆ ਸੀਗੇ, ਔਰ ਕਦੇ ਇੱਦਾਂ ਨਹੀਂ ਹੋਇਆ ਕਿ ਕਿਸੇ ਦਾ ਐਟੀਟਿਊਡ ਜਾਂ ਇੱਦਾਂ ਮੈਨੂੰ ਇੱਦਾਂ ਲੱਗਿਆ ਹੋਵੇ ਨਹੀਂ। ਸਾਰੇ ਮੇਰੇ ਲਈ ਤਾਂ ਕਿਹੜਾ ਜ਼ਿਆਦਾ ਟੰਗ ਖਿੱਚਦਾ ਸੀ ਜਾਂ ਸ਼ਰਾਰਤਾਂ ਕਰਦਾ ਸੀ, ਕੋਈ ਕੋਈ ਇੱਕ ਨਾਮ? ਸ਼ਰਾਰਤੀਆਂ ਵਿੱਚ ਅਗਰ ਦੇਖ ਮੀਨਸ ਥੋੜ੍ਹਾ ਜਿਹਾ ਚੁਲਬੁਲਾ ਜਿਹਾ ਗੁਰਨਾਮ ਭੁੱਲਰ, ਗੁਰਨਾਮ ਭੁੱਲਰ, ਹਾਂ ਗੁਰਨਾਮ ਭੁੱਲਰ ਹੀ। ਅਤੇ ਗੁਰਨਾਮ ਭੁੱਲਰ ਦੀ ਹਾਲੇ ਇੱਕ ਮੂਵੀ ਵੀ ਰਿਲੀਜ਼ ਹੋਈ ਹੈ, ਤੁਸੀਂ ਦੇਖੀ? ਹਾਂ, ਮੈਂ ਸੁਰਖੀ ਬਿੰਦੀ ਦੇਖੀ, ਬਹੁਤ ਅੱਛਾ ਕੋਨਸੈਪਟ ਹੈ, ਡਿਫਰੈਂਟ ਜਿਹਾ, ਉਹ ਵੀ ਬਹੁਤ ਪਿਆਰਾ ਸਬਜੈਕਟ ਹੈ। ਅਤੇ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਕੀ ਹੈ ਜਿਹੜੇ ਆਡੀਅੰਸ ਦੇਖਣ ਨੂੰ ਮਿਲਣਗੇ? ਹਾਂਜੀ, ਅੱਛੇ ਪ੍ਰੋਜੈਕਟਸ ਆ ਰਹੇ ਨੇ, ਜਿੱਦਾਂ ਕਿ ਤੁਸੀਂ ਪਹਿਲਾਂ ਕੰਮ ਨੂੰ ਪਿਆਰ ਦਿੱਤਾ, ਹੁਣ ਵੀ ਪਿਆਰ ਦਿਉਂਗੇ, ਬਟ ਹਜੇ ਕੁਛ ਰਿਵੀਲ ਨਹੀਂ ਕਰ ਸਕਦੀ, ਜੋ ਵੀ ਹੋਏਗਾ ਅੱਛਾ ਹੋਏਗਾ। ਅਤੇ ਸਾਡੇ ਲਾਸਟ ਆਡੀਅੰਸ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਲਾਸਟ ਵਿੱਚ? ਅਤੇ ਥੈਂਕ ਯੂ ਸੋ ਮਚ, ਤੁਸੀਂ ਮੀਨਸ ਇੰਨਾ ਪਿਆਰ ਦੇ ਰਹੇ ਹੋ ਅਤੇ ਇੱਦਾਂ ਸਪੋਰਟ ਕਰੀ ਜਾਇਓ, ਅਤੇ ਨੈਸ਼ਨਲ ਬਸ ਨੂੰ ਵੀ ਆਲਵੇਜ਼ ਸਪੋਰਟ ਕਰਿਓ, ਸੁਣਿਓ। ਥੈਂਕ ਯੂ ਸੋ ਮਚ। ਨਵੀਂ ਮੂਵੀ ਬਣਨ ਜਾ ਰਹੀ ਹੈ ਕੌਰ ਸਿੰਘ, ਅਤੇ ਉਹਨਾਂ ਦੀ ਜਿਹੜੀ ਸਟਾਰ ਕਾਸਟ ਮੇਨ ਐਕਟਰ ਹੈ ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਗੱਲ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ 'ਤੇ। ਥੈਂਕ ਯੂ ਨੈਸ਼ਨਲ ਬਸ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਕੱਲ੍ਹ ਤੋਂ ਇਸ ਫਿਲਮ ਦੀ ਸ਼ੂਟਿੰਗ ਸਟਾਰਟ ਹੈ, ਅਤੇ ਕੀ ਪ੍ਰੈਸ਼ਰ, ਕੀ ਕਿਉਂਕਿ ਤੁਸੀਂ ਪ੍ਰੋਡਿਊਸਰ ਵੀ ਹੋ ਇਸ ਮੂਵੀ ਦੇ, ਤੁਸੀਂ ਐਕਟਰ ਵੀ ਹੋ, ਤਾਂ ਥੋੜ੍ਹਾ ਪ੍ਰੈਸ਼ਰ ਹੈਗਾ ਕਿ ਨਹੀਂ? ਨਹੀਂ, ਕੋਈ ਪ੍ਰੈਸ਼ਰ ਨਹੀਂ ਹੈਗਾ ਜੀ, ਪ੍ਰੈਸ਼ਰ ਐਕਟਿੰਗ ਪੁਆਇੰਟ ਆਫ ਵਿਊ ਤੋਂ ਤਾਂ ਜ਼ਰੂਰ ਹੈਗਾ, ਕਿਉਂਕਿ ਕਾਫੀ ਸਾਲਾਂ ਤੋਂ ਜਿਹੜਾ ਥੀਏਟਰ ਦੇ ਨਾਲ ਜੁੜੇ ਹੈਗੇ ਹੈ ਅਤੇ ਆਪਣੇ ਆਪ ਨੂੰ ਹੁਣ ਅੱਗੇ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸੋ ਉਹਦਾ ਪ੍ਰੈਸ਼ਰ ਜ਼ਰੂਰ ਹੈਗਾ। ਫਾਈਨੈਂਸਿੰਗ ਵਾਈਜ਼ ਇੰਨਾ ਕੁਛ ਨਹੀਂ ਹੈਗਾ, ਕਿਉਂਕਿ ਜਿਹੜੀ ਚੀਜ਼ ਅਸੀਂ ਕਰਨ ਜਾ ਰਹੇ ਹਾਂ ਇਹ ਇੱਕ ਬਾਇਓਪਿਕ ਹੈ, ਇੱਕ ਸਪੋਰਟਸ ਪਰਸਨ ਦੀ ਬਾਇਓਪਿਕ ਹੈ, ਐਂਟਰਟੇਨਿੰਗ ਮੂਵੀ ਹੈਗੀ ਹੈ, ਕੰਪਲੀਟ ਪੈਕੇਜ ਹੈਗਾ, ਅਤੇ ਇਹ ਕਾਫੀ ਇੰਸਪੀਰੇਸ਼ਨਲ ਸਟੋਰੀ ਹੈ ਅਤੇ ਇਹ ਕੰਪੀਟ ਕਰਦੀ ਹੈ ਕਿਤੇ ਨਾ ਕਿਤੇ ਜਾ ਕੇ ਬਾਗ ਮਿਲਕਾ ਬਾਗ, ਮੈਰੀ ਕੌਮ, ਇਹੋ ਜਿਹੀ ਫਿਲਮਾਂ ਨੂੰ, ਹੈ ਨਾ। ਸੋ ਜਦੋਂ ਅਸੀਂ ਇੱਕ ਇਹੋ ਜਿਹਾ ਸਿਨੇਮਾ ਬਣਾ ਰਹੇ ਹਾਂ ਜਿਹੜਾ ਬਾਲੀਵੁੱਡ ਲੈਵਲ ਦਾ ਸਿਨੇਮਾ ਹੋਵੇ, ਉਹਦੇ ਵਿੱਚ ਆਪਾਂ ਇਹ ਸੋਚੀਏ ਵੀ ਫਾਈਨੈਂਸਿੰਗ ਵਾਈਜ਼ ਮੈਨੂੰ ਕੋਈ ਕੰਸਰਨ ਨਹੀਂ ਹੈ। ਹਾਂ, ਇਹ ਜ਼ਰੂਰ ਆ ਵੀ ਚੀਜ਼ ਵਧੀਆ ਬਣੇ ਅਤੇ ਅਸੀਂ ਉਹਨੂੰ ਪੋਲੀਵੁੱਡ ਦੇ ਵਿੱਚ ਲੈ ਕੇ ਆਈ ਤਾਂ ਕਿ ਜਿਹੜਾ ਪੋਲੀਵੁੱਡ ਦਾ ਲੈਵਲ ਹੈ ਉਹ ਇੱਕ ਲੈਵਲ ਉੱਪਰ ਜਾ ਸਕੇ। ਅਤੇ ਜਿਵੇਂ ਆਪਾਂ ਦੇਖਦੇ ਹਾਂ ਕਿ ਪੰਜਾਬੀ ਇੰਡਸਟਰੀ ਵਿੱਚ ਜਿਹੜੀ ਰੀਤ ਚੱਲੀ ਆ ਰਹੀ ਉਹ ਇਹ ਕਿ ਜਿਹੜਾ ਪੰਜਾਬੀ ਸਿੰਗਰ ਹੁੰਦਾ ਉਹੀ ਯੂਜੁਅਲੀ ਮੂਵੀਜ਼ ਕਰਦਾ, ਹੈ ਨਾ, ਅਤੇ ਇਹ ਕਿਤੇ ਨਾ ਕਿਤੇ ਤੁਹਾਨੂੰ ਡਿਫੀਕਲਟ ਚੀਜ਼ ਲੱਗਦੀ ਹੈ ਕਿ ਲੋਕਾਂ ਨੂੰ ਕਨਵਿੰਸ ਕਰਨਾ ਥੋੜ੍ਹਾ ਮੁਸ਼ਕਿਲ ਹੋਣਾ? ਦੇਖੋ, ਮੇਰੇ ਹਿਸਾਬ ਨਾਲ ਤਾਂ ਚੰਗੀ ਗੱਲ ਹੈ, ਕਿਉਂਕਿ ਮੇਰੇ ਵਿੱਚ ਕਾਫੀ ਆਰਟਿਸਟ ਦੇਖਣਗੇ ਵੀ ਜੇ ਇਹਨੇ ਕੀਤਾ ਤਾਂ ਅਸੀਂ ਵੀ ਕਰ ਸਕਦੇ ਹਾਂ। ਸੋ ਮੈਨੂੰ ਤਾਂ ਇੱਕ ਅੱਛੀ ਚੀਜ਼ ਲੱਗ ਰਹੀ ਹੈ ਵੀ ਕਈ ਲੋਕ ਮੈਨੂੰ ਦੇਖ ਕੇ ਹਿੰਮਤ ਨਹੀਂ ਹਾਰਨਗੇ, ਕਿਉਂਕਿ ਕਈ ਹਿੰਮਤ ਹਾਰ ਜਾਂਦੇ ਆ, ਅੱਜ ਕੱਲ੍ਹ ਤਾਂ ਸਿੰਗਰ ਨੂੰ ਵੀ ਮੌਕਾ ਮਿਲਦਾ ਹੈਗਾ, ਹੈ ਨਾ, ਅਤੇ ਵੀ ਮੈਨੂੰ ਤਾਂ ਕਿੱਥੇ ਮੌਕਾ ਮਿਲਣਾ, ਬਟ ਨੋ ਦੈਟਸ ਨੋਟ ਦ ਕੇਸ, ਹੈ ਨਾ। ਬਸ ਤੁਸੀਂ ਇਹ ਹੋ ਸਕਦਾ ਵੀ ਕੋਈ ਚੀਜ਼ ਲੇਟ ਤੁਹਾਨੂੰ ਜ਼ਰੂਰ ਮਿਲ ਸਕਦੀ ਹੈ, ਪਰ ਯੂ ਜਸਟ ਹੈਵ ਟੂ ਕੀਪ ਟਰਾਇੰਗ, ਅਤੇ ਜੇ ਤੁਹਾਡਾ ਡੈਡੀਕੇਸ਼ਨ ਹੈਗਾ, ਤੁਹਾਡੀ ਮਾਇੰਡ ਸਟਰੋਂਗ ਹੈਗਾ, ਮਿਹਨਤ ਕਰਦੇ ਹੋ ਤਾਂ ਅਚੀਵ ਹੋ ਜਾਂਦੀ ਹੈ। ਸੋ ਉਵੇਂ ਹੀ ਲੈ ਕੇ ਜੇ ਕੋਈ ਦੇਖਦਾ ਵੀ ਹੈ, ਸੋ ਸਿੰਗਰ ਨਹੀਂ ਵੀ ਹੈ ਬਟ ਹਾਂ ਐਕਟਰ ਅੱਛੇ ਹੈ, ਕਿੰਨੇ ਸਾਲਾਂ ਤੋਂ ਥੀਏਟਰ ਕਰ ਰਹੇ ਹੈਗੇ ਹੈ, ਇੱਕ ਅੱਛੀ ਚੀਜ਼ ਲੈ ਕੇ ਆਵਾਂਗੇ ਤਾਂ ਹੋ ਸਕਦਾ ਵੀ ਉਹ ਸਗੋਂ ਬੈਟਰ ਹੋਵੇ, ਕਿਉਂਕਿ ਜਿਵੇਂ ਮੈਂ ਦੱਸਿਆ ਵੀ ਰੋਲ ਮਾਡਲ ਬਣ ਜਾਂਦੇ ਬੰਦੇ। ਅਤੇ ਜਿਵੇਂ ਇੱਕ ਇੱਕ ਫਿਕਸ਼ਨਲ ਮੂਵੀ 'ਚ ਕੰਮ ਕਰਨਾ ਇੱਕ ਡਿਫਰੈਂਟ ਗੱਲ ਹੁੰਦੀ ਹੈ ਅਤੇ ਬਾਇਓਪਿਕ 'ਚ ਕੰਮ ਕਰਨਾ ਇੱਕ ਡਿਫਰੈਂਟ ਗੱਲ ਹੁੰਦੀ ਹੈ, ਅਤੇ ਤੁਸੀਂ ਇੰਨਾ ਸਟਰੋਂਗ ਕਰੈਕਟਰ ਹੈ ਤੁਹਾਡਾ, ਤੁਸੀਂ ਆਪਣੇ 'ਚ ਕੀ ਚੇਂਜਸ ਲੈ ਕੇ ਆਏ ਕਿ ਤੁਸੀਂ ਇਸ ਕਰੈਕਟਰ ਨੂੰ ਨਿਭਾ ਸਕੋ? ਦੇਖੋ, ਸਭ ਤੋਂ ਇੰਪੋਰਟੈਂਟ ਫੈਕਟਰ ਇਹ ਹੈ ਵੀ ਤੁਸੀਂ ਕਿਸੇ ਸਪੋਰਟਸ ਐਥਲੀਟ ਨੂੰ ਸਿਨੇਮਾ 'ਤੇ ਲੈ ਕੇ ਜਾਣਾ ਤਾਂ ਤੁਹਾਨੂੰ ਐਥਲੀਟ ਬਣਨਾ ਪਊਗਾ, ਠੀਕ ਹੈ ਨਾ। ਅਦਰਵਾਈਜ਼ ਤੁਸੀਂ ਉਹ ਕਰੈਕਟਰ ਨਾਲ ਜਸਟੀਫਿਕੇਸ਼ਨ ਨਹੀਂ ਕਰ ਸਕਦੇ। ਹੁਣ ਜੇ ਅਮੀਰ ਖਾਨ ਨੇ ਦੰਗਲ ਦੇ ਵਿੱਚ ਰੋਲ ਕੀਤਾ ਸੀ ਤਾਂ ਉਹਨੇ ਵੀ ਆਪਣੇ ਆਪ ਨੂੰ ਪ੍ਰਿਪੇਅਰ ਕੀਤਾ ਸੀ। ਸੋ ਜਦੋਂ ਆਪਾਂ ਬੋਲੀਵੁੱਡ ਨੂੰ ਬੋਲੀਵੁੱਡ ਦੇ ਲੈਵਲ ਦੀ ਗੱਲ ਕਰਾਂਗੇ ਤਾਂ ਆਪਾਂ ਨੂੰ ਉਵੇਂ ਹੀ ਕੰਮ ਕਰਨਾ ਪਊਗਾ। ਸੋ ਜੇ ਆਪਾਂ ਕਹਿ ਲਓ ਵੀ ਆਈ ਆਈ ਟੀ ਵਾਲੀ ਕਲਾਸ 'ਚ ਬੈਠੇ ਹਾਂ ਤਾਂ ਆਪਾਂ ਨੂੰ ਆਈ ਆਈ ਟੀ ਵਾਲੇ ਜਿਹੜੇ ਹੋਣਗੇ ਬੱਚੇ ਉਹਨਾਂ ਵਾਂਗੂ ਸੋਚਣਾ ਪਊਗਾ, ਉਹਨਾਂ ਵਾਂਗੂ ਐਕਟ ਕਰਨਾ ਪਊਗਾ। ਸੋ ਸੇਮ ਚੀਜ਼ ਹੈ, ਜਦੋਂ ਤੁਸੀਂ ਐਥਲੀਟ ਦੀ ਜ਼ਿੰਦਗੀ ਨੂੰ ਲੈ ਕੇ ਜਾਣਾ ਅੱਗੇ ਤਾਂ ਤੁਹਾਨੂੰ ਐਥਲੀਟ ਆਪ ਨੂੰ ਖੁਦ ਬਣਨਾ ਪਊਗਾ, ਆਪ ਨੂੰ ਤੁਹਾਨੂੰ ਸਪੋਰਟ। ਮੈਂ ਸਪੋਰਟਸ ਤਾਂ ਬਚਪਨ ਤੋਂ ਹੀ ਕਰਦਾ ਸੀ, ਮੈਂ ਬਹੁਤ ਜ਼ਿਆਦਾ ਸਪੋਰਟਸ ਕੀਤੀ ਹੈਗੀ ਹੈ, ਸੋ ਉਹ ਚੀਜ਼ ਤਾਂ ਮੈਨੂੰ ਪਤਾ ਸੀ ਵੀ ਸਪੋਰਟਸ ਪਰਸਨ ਦੀ ਲਾਈਫ ਕੀ ਹੈਗੀ ਹੈ। ਬਟ ਜਿਹੜਾ ਹੁਣ ਆਲ ਆਫ ਸਡਨ ਆਪਾਂ 6 ਮਹੀਨੇ 8 ਮਹੀਨੇ 'ਚ ਕਰੈਕਟਰ 'ਚ ਆਉਣਾ ਸੀਗਾ, ਸੋ ਉਹ ਆਪਾਂ ਜਿੰਨੀ ਬੋਕਸਿੰਗ ਕੀਤੀ, ਜਿਮ ਟ੍ਰੇਨਿੰਗ ਕੀਤੀ, ਡਾਇਟੀਸ਼ੀਅਨਸ ਦੇ ਨਾਲ ਕੰਮ ਕੀਤਾ, ਉਹ ਇੱਕ ਅਲੱਗ ਕਹਿ ਲਓ ਪਾਥ ਸੀਗਾ ਜਿਹੜਾ ਆਪਾਂ ਫੋਲੋ ਕੀਤਾ, ਐਂਡ ਵੀ ਆਰ ਡਿਟਰਮਿੰਡ ਫੋਰ ਇਟ। ਅਤੇ ਜਿਵੇਂ ਕੱਲ੍ਹ ਤੋਂ ਇਸ ਫਿਲਮ ਦੀ ਸ਼ੂਟਿੰਗ ਸਟਾਰਟ ਹੈ, ਤੁਸੀਂ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਹੀ ਕਹੂੰਗਾ ਵੀ ਫਿਲਮ ਦੇ ਨਾਲ ਜੁੜੋ, ਸਪੋਰਟ ਕਰੋ, ਅਸੀਂ ਇੱਕ ਪੰਜਾਬੀ ਹੀਰੋ ਨੂੰ ਅੱਗੇ ਲੈ ਕੇ ਆ ਰਹੇ ਹਾਂ ਜਿਹੜਾ 70s ਦੇ ਵਿੱਚ ਵਾਜ਼ ਅ ਮੇਜਰ
ਜਿਨ੍ਹਾਂ ਨੇ ਆਪਾਂ ਜਿਵੇਂ ਅਰਜਨ ਅਵਾਰਡੀ, ਪਦਮਾ ਸ਼੍ਰੀ ਅਵਾਰਡੀ, 11 ਗੋਲਡ ਮੈਡਲ, ਸੈਨਾ ਮੈਡਲ, ਹੈ ਨਾ, ਆਪਾਂ ਉਹਨਾਂ ਨੂੰ ਲੈ ਕੇ ਆ ਰਹੇ ਹਾਂ ਅਤੇ ਪੰਜਾਬ ਦੇ ਯੂਥ ਨੂੰ ਰੀਪ੍ਰਜੈਂਟ ਕਰਦੀ ਹੋਈ ਮੂਵੀ ਹੈ। ਸੋ ਇਹਦੇ ਨਾਲ ਜੁੜੋ, ਇਹ ਤੋਂ ਕੁਛ ਨਾ ਕੁਛ ਇੰਸਪੀਰੇਸ਼ਨ, ਕਾਫੀ ਚੀਜ਼ਾਂ ਉਹਨਾਂ ਨੂੰ ਇਹਨਾਂ ਤੋਂ ਮਿਲਣਗੀਆਂ। ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਲਈ। ਥੈਂਕ ਯੂ ਵੈਰੀ ਮਚ। ਮੇਰੇ ਨਾਲ ਬਹੁਤ ਹੀ ਵਧੀਆ ਡਾਇਰੈਕਟਰ ਜੁੜ ਚੁੱਕੇ ਨੇ, ਵਿਕਰਮ ਪ੍ਰਧਾਨ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ 'ਤੇ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਕਿਵੇਂ ਲੱਗ ਰਿਹਾ ਪੰਜਾਬ 'ਚ ਆ ਕੇ, ਤੁਹਾਡੀ ਦੂਸਰੀ ਮੂਵੀ ਹੈ, ਹੈ ਨਾ? ਦੇਖੋ, ਪੰਜਾਬ ਮੈਂ ਤਾਂ ਅਬ ਮੈਂ 2 ਸਾਲ ਸੇ ਆਲਮੋਸਟ ਪੰਜਾਬੀ ਹੋ ਗਿਆ ਹਾਂ, ਤੋ ਐਸਾ ਕੁਛ ਇਹ ਨਹੀਂ ਹੈ। ਤੋ ਅਬ ਜੈਸੇ ਕੌਰ ਸਿੰਘ ਕਾ ਸਬਜੈਕਟ ਜਬ ਆਇਆ ਥਾ, ਉਸਕੇ ਬਾਅਦ ਮੈਂ ਸੰਗਰੂਰ ਕੇ ਪਾਸ ਮੈਂ ਖਨਲਖੁਰ ਜਹਾਂ ਸੇ ਵੋ ਹੈ ਕੌਰ ਸਿੰਘ ਜੀ, ਤੋ ਕਈ ਬਾਰ ਯਹਾਂ ਆਏ, ਉਨਕੇ ਸਾਥ ਰਹੇ, ਉਨਕੇ ਸਾਥ ਰਿਸਰਚ ਕੀਆ, ਉਨਕੇ ਇੱਕ 50 ਸਾਲ ਕੀ ਜ਼ਿੰਦਗੀ ਕੋ ਪੂਰਾ ਉਸਮੇ ਸੇ ਨਿਕਾਲਾ, ਉਨਕੇ ਅੰਦਰ ਸੇ ਯਾਦਦਾਸ਼ਤ ਮੇ ਸੇ, ਔਰ ਫਿਰ ਸਕ੍ਰਿਪਟ ਬਣਾਈ। ਤੋ ਅਬ ਪੰਜਾਬ ਮੇਰੇ ਲਈ ਨਯਾ ਨਹੀਂ ਹੈ, ਤੋ ਆਉਣਾ ਜਾਣਾ ਹੈ। ਬਾਇਓਪਿਕ ਕਰਨੀ ਬਹੁਤ ਡਿਫਰੈਂਟ ਗੱਲ ਹੁੰਦੀ ਹੈ ਅਤੇ ਫਿਕਸ਼ਨਲ ਫਿਲਮ ਕਰਨੀ ਬਹੁਤ ਡਿਫਰੈਂਟ ਗੱਲ ਹੁੰਦੀ ਹੈ, ਤਾਂ ਤੁਹਾਨੂੰ ਕੀ ਡਿਫੀਕਲਟੀਜ਼ ਫੇਸ ਕਰਨੀ ਪੈ ਰਹੀਆਂ ਇਸ ਮੂਵੀ ਨੂੰ ਕਰਨ ਲਈ? ਫਿਲਮ ਕਾ ਐਸਾ ਜੋ ਸਕ੍ਰਿਪਟ ਹੈ ਉਸਕੋ ਅਗਰ ਸਿੰਸੀਅਰਲੀ ਬਣਾਇਆ ਹੈ, ਉਸਕੋ ਫੋਲੋ ਕੀਆ ਹੈ, ਤੋ ਔਰ ਬਾਇਓਪਿਕ ਮੈਂ ਐਸਾ ਕੁਛ ਨਹੀਂ, ਅਲੱਗ ਹਮਾਰੇ ਉੱਪਰ ਐਸਾ ਕੁਛ ਅਲੱਗ ਬਰਡਨ ਨਹੀਂ, ਕਿਉਂਕਿ ਇਮੋਸ਼ਨ ਕੀ ਸਟੋਰੀ ਹੋਤੀ ਹੈ, ਵਹੀ ਹੀਰੋ ਹੋਤਾ ਹੈ, ਹੀਰੋਇਨ ਹੋਤੀ ਹੈ, ਮਾਂ ਹੋਤੇ ਹੈ, ਉਸਕੇ ਫਾਦਰ ਹੋਤੇ ਹੈ, ਇੰਟਰ ਹਿਊਮਨ ਰਿਲੇਸ਼ਨ ਜੋ ਹੋਤਾ ਹੈ ਵੋ ਹਰ ਫਿਲਮ ਜੈਸਾ ਹੋਤਾ ਹੈ, ਲੇਕਿਨ ਬਾਇਓਪਿਕ ਮੈਂ ਯਹੀ ਰਹਤਾ ਹੈ ਕਿ ਆਪ ਸੱਚਾਈ ਸੇ ਜੁੜੇ ਰਹੋ, 100% ਸੱਚਾਈ ਰੱਖੋ, ਕਿਉਂਕਿ ਫਿਰ ਇਸਮੇ ਕੋਈ ਮਜ਼ਾਕ ਨਾ ਉੜ ਜਾਏ ਆਪਕਾ, ਔਰ ਕੋਈ ਸੈਂਟੀਮੈਂਟ ਕਿਸੀ ਕੇ ਹਰਟ ਨਾ ਹੋ। ਤੋ ਆਫਕੋਰਸ ਇਸਮੇ ਵੀ ਅਬ ਜਤਿੰਦਰ ਸ਼ਾਹ ਜੀ ਕਾ ਮਿਊਜ਼ਿਕ ਹੈ, ਰਾਜ ਕਾਕੜਾ ਜੀ ਕੇ ਲਿਰਿਕਸ ਹੈ, ਅੱਛੇ ਹੱਸਤੇ ਖੇਲਤੇ ਭੰਗੜਾ ਪਾਤੇ ਹੋਏ ਗਾਣੇ ਹੈ, ਉਹ ਸਭ ਰਹੇਗਾ, ਕਿਉਂਕਿ ਇੱਕ ਆਮ ਇਨਸਾਨ ਕੀ ਜ਼ਿੰਦਗੀ ਮੈਂ ਸ਼ਾਦੀ ਮੈਂ ਤੋ ਜਾਤਾ ਹੀ ਹੈ, ਕਿਸੀ ਕੇ ਤੋ ਨਾਸ਼ਤਾ ਗਾਤਾ ਹੀ ਹੈ, ਤੋ ਉਹ ਸਭ ਵੀ ਹੈ, ਐਸਾ ਨਹੀਂ ਹੈ ਕਿ ਇੱਕ ਸੀਰੀਅਸ ਮੁੱਦਾ ਲੈ ਕੇ ਆਏ, ਸੀਰੀਅਸ ਹੋਣਾ ਹੀ ਹਰ ਮੂਵੀ ਮੈਂ ਹਮ ਕਹਿਤੇ ਹੀ ਹੈ ਕਿ ਕੋਈ ਇੱਕ ਮੁੱਦਾ ਹੋਣਾ ਚਾਹੀਏ, ਤੋ ਇਨਕਾ ਮੁੱਦਾ ਯਹੀ ਹੈ ਕਿ ਇੱਕ ਜੋ ਸੁਪਰ ਸਟਾਰ ਲੈਵਲ ਪੇ ਇੱਕ ਜੋ ਗਏ ਹੈ, ਇੱਕ ਬੰਦਾ ਜੋ ਗਿਆ ਹੈ, ਉਹ ਸੁਪਰ ਸਟਾਰ ਬਾਅਦ ਮੈਂ ਕਿਉਂ ਨਹੀਂ ਕਹਿਲਾਤਾ ਹੈ ਅਗਲੇ 30-40 ਸਾਲ, ਇਹ ਮੁੱਦਾ ਹੈ ਕਿ ਉਹ ਸੁਪਰ ਸਟਾਰ ਥਾ ਤੋ ਅਭੀ ਵੀ ਹੈ, ਉਸਕੋ ਪਹਿਚਾਨੋ, ਉਸਕਾ ਉਤਨਾ ਹੀ ਰਿਸਪੈਕਟ ਕਰੋ। ਤਾਂ ਜਿਵੇਂ ਫਿਲਮ ਦੀ ਸ਼ੂਟਿੰਗ ਹਲੇ ਸ਼ੁਰੂ ਨਹੀਂ ਹੋਈ ਹੈ, ਹੋਣ ਵਾਲੀ ਹੈ, ਤਾਂ ਕਦ ਤੱਕ ਇਹ ਫਿਲਮ ਦੀ ਸ਼ੂਟਿੰਗ ਦਰਸ਼ਕਾਂ ਨੂੰ ਦੇਖਣ ਨੂੰ ਮਿਲ ਜੂਗੀ? ਸ਼ੂਟਿੰਗ ਦੇਖਣਾ ਹੈ ਕਿ ਫਿਲਮ ਦੇਖਣੀ ਹੈ? ਫਿਲਹਾਲ ਤਾਂ ਸ਼ੂਟਿੰਗ ਦੀ ਗੱਲ ਹੈ ਨਾ, ਸ਼ੂਟਿੰਗ ਕਦ ਤੋਂ ਸਟਾਰਟ ਹੈ? ਸ਼ੂਟਿੰਗ ਤੋਂ ਕੱਲ ਸੇ ਸ਼ੁਰੂ ਹੋ ਰਹੀ ਹੈ, ਔਰ ਜੈਸੇ ਹਮ ਲੋਕ ਰਿਲੈਕਸਡ ਹੈ, ਮਤਲਬ ਆਪ ਸਮਝ ਲਓ ਇੱਕ ਡਾਇਰੈਕਟਰ ਇਤਨਾ ਰਿਲੈਕਸ ਬਾਤ ਕਰ ਰਹਾ ਹੈ, ਤੋ ਸਮਝ ਲਓ ਕਿ ਤਿਆਰੀ ਪੂਰੀ ਹੈ। ਤੋ ਸ਼ੂਟਿੰਗ ਤੋਂ 30 ਡੇਜ਼ ਹੈ, ਆਪ ਯੂ ਮੋਸਟ ਵੈਲਕਮ, ਕਦੇ ਵੀ ਆਈਏ। ਤਾਂ ਜਿਹੜੀ ਸ਼ੂਟਿੰਗ ਹੈ ਚੰਡੀਗੜ੍ਹ ਦੇ ਨੇੜੇ ਤੇੜੇ ਇਲਾਕੇ 'ਚ ਹੀ ਹੋ ਰਹੀ ਹੈ ਕਿਤੇ ਹੋਰ? ਚੰਡੀਗੜ੍ਹ ਕੇ ਪਾਸ ਮੈਂ ਹੀ ਹੈ ਸਭ। ਅਤੇ ਜਿਹੜੀ ਫਿਲਮ ਹੈ, ਇਸਦਾ ਕੋਈ ਮੋਸਟ ਇੰਪੋਰਟੈਂਟ ਸੀਨ ਜਿਹੜਾ ਤੁਹਾਨੂੰ ਲੱਗਦਾ ਹੋਏ ਕਿ ਇਹ ਕਾਫੀ ਇੰਪੋਰਟੈਂਟ ਹੈ? ਫਿਲਮ ਹੈ ਨਾ, ਇੰਪੋਰਟੈਂਸ ਮਤਲਬ ਜੇ ਇੱਕ ਬੰਦਾ ਜਿੱਤਦਾ ਹੈ ਇੱਕ ਲੈਵਲ ਪਿਆ ਕੇ, 1982 ਕਾ ਏਸ਼ੀਅਨ ਚੈਂਪੀਅਨਸ਼ਿਪ ਜੋ ਥਾ ਵੋ ਇੰਡੀਆ ਮੈਂ ਹੁਆ ਥਾ, ਨਿਊ ਦਿੱਲੀ ਮੈਂ ਹੁਆ ਥਾ, ਪੂਰਾ ਨਿਊ ਦਿੱਲੀ ਚੇਂਜ ਕੀਆ ਥਾ, ਗਵਰਨਮੈਂਟ ਨੇ ਪੂਰਾ ਵਿਲੇ ਏਸ਼ੀਆਡ ਵਿਲੇਜ ਬਣਾਇਆ ਥਾ, ਪੂਰਾ ਡਿਵਲਪ ਕੀਆ ਥਾ, ਉਸਮੇ ਇਰਾਕ ਸੇ, ਸਿੰਗਾਪੁਰ ਸੇ, ਮਲੇਸ਼ੀਆ ਸੇ, ਮਤਲਬ ਕੰਟਰੀਜ਼ ਸੇ ਬੋਕਸਰਸ ਆਏ ਥੇ, ਉਸਮੇ ਕੌਰ ਸਿੰਘ ਜੀ ਜੀਤੇ ਥੇ ਗੋਲਡ ਮੈਡਲ ਇਰਾਕੀ ਬੋਕਸਰ ਕੋ ਹਰਾ ਕੇ, ਤੋ ਉਸ ਸਮੇਂ ਪੇ ਅਮਿਤਾਭ ਬੱਚਨ ਜੀ ਨੇ ਉਹਨੇ ਗੋਲਡ ਮੈਡਲ ਪਹਿਨਾਇਆ ਥਾ, ਤੋ ਇਹ ਜੋ ਗੋਲਡ ਮੈਡਲ ਹੈ ਵੋ ਬੜਾ ਆਨਰ ਥਾ, ਤੋ ਅਬ ਹਮ ਕੋਸ਼ਿਸ਼ ਕਰੇਂਗੇ, ਕਿਉਂਕਿ ਦੋਨੋਂ ਲਿਵਿੰਗ ਲੈਜੈਂਡਸ ਅੱਜ ਹਮਾਰੇ ਬੀਚ ਮੈਂ ਹੈ, ਕੌਰ ਸਿੰਘ ਜੀ ਵੀ ਹੈ, ਅਮਿਤਾਭ ਬੱਚਨ ਜੀ ਵੀ ਹੈ, ਕੋਸ਼ਿਸ਼ ਕਰੇਂਗੇ ਕਿ ਰੀਕ੍ਰੀਏਟ ਕਰੇ ਵੋ ਮੈਜਿਕ, ਅਗਰ ਬੱਚਨ ਸਾਹਿਬ ਥੋੜ੍ਹਾ ਟਾਈਮ ਦੇ ਸਕੇ, ਤੋ ਹੋ ਸਕਤਾ ਦੋਨੋਂ ਲੈਜੈਂਡਸ ਕੋ ਮੈਂ ਆਸ ਪਾਸ ਲਾਊਂ, ਔਰ ਉਨਕੀ ਜੋ 40 ਸਾਲ ਪਹਿਲੇ ਕੀ ਜੋ ਮੈਮਰੀ ਹੈ ਵੋ ਮੈਂ ਰੀਕ੍ਰੀਏਟ ਕਰ ਸਕੂੰ, ਇਹ ਕੋਸ਼ਿਸ਼ ਹੈ, ਮਤਲਬ ਹਰ ਡਾਇਰੈਕਟਰ ਕੋਸ਼ਿਸ਼ ਕਰਦਾ ਹੈ ਕਿ ਜੋ ਕੁਛ ਕਹਿ ਸਕੇ ਜਿਤਨਾ ਹੋ ਉਤਨਾ ਹੋ, ਬਟ ਐਸੀ ਸੱਚਾਈ ਹੈ ਕਿ ਉਨਕੇ ਲਾਈਫ ਮੈਂ ਇਸ ਲੈਵਲ ਤੱਕ ਵੋ ਪਹੁੰਚੇ ਥੇ। National Buzz पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।